ਸਬ ਇੰਸਪੈਕਟਰ ਦਿਲਬਾਗ ਸਿੰਘ ਦੀ ਗੱਡੀ ਦੇ ਵਿੱਚ ਬੰਬ ਲਗਾਉਣ ਦੇ ਮਾਮਲੇ ਦੇ ਵਿੱਚ ਅੰਮ੍ਰਿਤਸਰ ਪੁਲਿਸ ਨੇ ਇੱਕ ਹੋਰ ਗ੍ਰਿਫਤਾਰ ਕੀਤੀ ਹੈ। ਦੀਪਾ ਨਾਂ ਦੇ ਸ਼ਖਸ ਨੂੰ ਕਾਬੂ ਕੀਤਾ ਗਿਆ ਹੈ। ਇਲਜ਼ਾਮ ਨੇ ਕਿ ਦੀਪਾ ਨੇ ਹੀ ਸਬ ਇੰਸਪੈਕਟਰ ਦਿਲਬਾਗ ਸਿੰਘ ਦੀ ਗੱਡੀ ਦੇ ਹੇਠ ਵਿਸਫੋਟਕ ਸਮੱਗਰੀ ਲਗਾਈ ਸੀ। ਗ੍ਰਿਫਤਾਰ ਸ਼ਖਸ ਦੀਪਾ ਅਤਵਾਦੀ ਲਖਵੀਰ ਲਾਂਡਾ ਦੇ ਸੰਪਰਕ ਦੇ ਵਿੱਚ ਸੀ। ਇਸ ਮਾਮਲੇ ਦੇ ਵਿੱਚ ਮੁੱਖ ਸ਼ੱਕੀ ਮਨੀ ਅਜੇ ਵੀ ਪੁਲਿਸ ਦੀ ਗ੍ਰਿਫਤ ਦੇ ਵਿੱਚੋਂ ਬਾਹਰ ਹੈ। 16 अगस्त नूं सब इंस्पेक्टर दिलबाग सिंह दी गड्डी हेठों बंब मिलिया सी। दिलबाग सिंह ने इल्जाम लगाए सन कि आतंकवाद दे दिनां दे विच सरगर्म होण करके उस नूं मारन दी साजिश घड़ी गई है। इस मामले दे विच हरपाल सिंह अते फतेह गिल नूं पुलिस ने सब तो पहला गिरफ्तार किया सी। हरपाल सिंह पंजाब पुलिस दे विच ही तैनात सी। अमृतसर तो ब्यूरो रिपोर्ट NC7 न्यूज।